ਸਤਿ ਸ਼੍ਰੀ ਅਕਾਲ ਜੀ ਸਾਰੇ ਕਿਸਾਨ ਵੀਰਾਂ ਨੂੰ ਤੇ ਬਾਕੀ ਵੀ ਸਭ ਵੀਰਾਂ ਦਾ ਚੈਨਲ YouTube ਫਾਰਮਰ ਤੇ ਸਵਾਗਤ ਹੈ। ਸੋ ਮੌਸਮ ਦੀ ਗੱਲ ਕਰਾਂਗੇ ਅੱਜ ਇੱਕ ਵਾਰ ਇਸ ਵਜ ਵੀਡੀਓ ਵਿੱਚ ਆਪਾਂ ਫਿਰ ਤੋਂ ਕਿ ਪੰਜਾਬ ਵਿੱਚ ਮੌਸਮ ਆਉਣ ਵਾਲੇ ਦਿਨਾਂ ਵਿੱਚ ਕਦੋਂ ਪਰਿਵਰਤਨ ਹੋਵੇਗਾ, ਕਦੋਂ ਤੋਂ ਮੀਂਹ ਪੈਣ ਦੇ ਹਾਲਾਤ ਪੰਜਾਬ ਵਿੱਚ ਹੁਣ ਜੁਲਾਈ ਮਹੀਨੇ ਵਿੱਚ ਦੇਖਣ ਨੂੰ ਮਿਲਣਗੇ। ਜਿਵੇਂ ਕਿ ਪਿਛਲੇ ਦਿਨਾਂ ਦੌਰਾਨ ਪੰਜਾਬ ਦੇ ਜ਼ਿਆਦਾਤਰ ਇਲਾਕਿਆਂ ਵਿੱਚ ਆਪਾਂ ਨੂੰ ਚੰਗਾ ਭਾਰੀ ਮੀਂਹ ਦੇਖਣ ਨੂੰ ਮਿਲਿਆ ਤੇ ਉਸ ਤੋਂ ਬਾਅਦ ਹੁਣ ਪੰਜਾਬ ਦੇ ਵਿੱਚ ਆਉਣ ਵਾਲੇ ਦਿਨਾਂ ਵਿੱਚ ਇੱਕ ਵਾਰ ਫਿਰ ਤੋਂ ਪਰਵਰਤਨ ਆਉਣ ਦੇ ਅਸਰ ਦਿਖ ਰਹੇ ਨੇ ਕਈ ਇਲਾਕਿਆਂ ਦੇ ਵਿੱਚ ਚੰਗਾ ਤਕੜਾ ਭਾਰੀ ਮੀਂਹ ਪੈ ਸਕਦਾ ਸੋ ਮੌਸਮ ਦਾ ਜਿਹੜਾ ਪਰਵਰਤਨ ਹੈ ਉਹ ਲਗਭਗ ਆਪਾਂ ਨੂੰ 17 ਜੁਲਾਈ ਤੋਂ ਬਾਅਦ ਦੇਖਣ ਨੂੰ ਮਿਲੇਗਾ ਜਾਨੀ ਕਿ 18 ਜੁਲਾਈ ਤੋਂ ਪੰਜਾਬ ਦਾ ਮੌਸਮ ਬਦਲਣਾ ਆਰੰਭ ਹੋ ਜਾਵੇਗਾ ਅਤੇ ਪੰਜਾਬ ਵਿੱਚ ਇੱਕ ਨਵਾਂ ਜਿਹੜਾ ਬੱਦਲੀ ਸਿਸਟਮ ਪਹੁੰਚਣ ਦੇ ਕਾਰਨ ਇੱਕ ਵਾਰ ਫਿਰ ਤੋਂ ਚੰਗੇ ਮੀਹਾਂ ਦੀ ਸ਼ੁਰੂਆਤ ਹੋਣ ਜਾ ਰਹੀ ਹੈ ਜਿਸ ਜਿਸ ਦਾ ਆਰੰਭ ਹੈ ਉਹ ਲਗਭਗ ਆਪਾਂ ਨੂੰ 18 ਜੁਲਾਈ ਤੋਂ ਪੰਜਾਬ ਵਿੱਚ ਦੇਖਣ ਨੂੰ ਮਿਲੇਗਾ 18 ਜੁਲਾਈ ਤੋਂ ਪੰਜਾਬ ਦੇ ਸਰਹੱਦੀ ਇਲਾਕਿਆਂ ਵਿੱਚ ਬੱਦਲਵਾਈ ਵੰਣੀ ਨਿਰੰਭ ਹੋ ਜਾਵੇਗੀ ਤੇ ਜਿਸ ਦੇ ਨਾਲ ਆਪਾਂ ਨੂੰ ਗਰਜ ਚਮਕ ਦੇ ਨਾਲ ਤੇਜ਼ ਮੀਂਹ ਦੇਖਣ ਨੂੰ ਮਿਲੇਗਾ ਅਤੇ ਮੀਂਹ ਜਿਹੜਾ 18 ਜੁਲਾਈ ਤੋਂ ਲੈ ਕੇ 20 ਜੁਲਾਈ ਦੇ ਦਰਮਿਆਨ ਪਵੇਗਾ ਇਨ੍ਹਾਂ ਤਿੰਨ ਦਿਨਾਂ ਵਿੱਚ 18 19 ਅਤੇ 20 ਜੁਲਾਈ ਇਨ੍ਹਾਂ ਤਿੰਨ ਦਿਨਾਂ ਵਿੱਚ ਪੰਜਾਬ ਦੇ ਮੌਸਮ ਵਿੱਚ ਲਗਾਤਾਰ ਹਲਚਲ ਚੱਲਦੀ ਰਹੇਗੀ ਤੇ ਇਨ੍ਹਾਂ ਤਿੰਨ ਦਿਨਾਂ ਵਿੱਚ ਹੀ ਪੰਜਾਬ ਵਿੱਚ ਮੀਂਹ ਪੈਣ ਦੇ ਆਸਾਰ ਨੇ ਜਿਹੜੇ ਬਣ ਰਹੇ ਹਨ ਇਸ ਦੇ ਦੌਰਾਨ ਕਈ ਇਲਾਕਿਆਂ ਦੇ ਵਿੱਚ ਆਪਾਂ ਨੂੰ ਤੇਜ਼ ਹਵਾਵਾਂ ਵੀ ਦੇਖਣ ਨੂੰ ਮਿਲ ਸਕਦੀਆਂ ਨੇ ਅਤੇ ਨਾਲ ਨਾਲ ਹੋ ਸਕਦਾ ਹੈ ਕਿ ਗਰਜ ਚਮਕ ਅਤੇ ਕੁਝ ਇਲਾਕਿਆਂ ਵਿੱਚ ਭਾਰੀ ਤੋਂ ਬਹੁਤ ਭਾਰੀ ਮੀਂਹ ਵੀ ਦੇਖਣ ਨੂੰ ਮਿਲ ਸਕਦਾ ਹੈ ਕਿਉਂਕਿ ਇਹ ਜੋ ਪਰਵਰਤਨ ਹੋ ਰਿਹਾ ਹੈ ਪਿਛਲੇ ਮੌਸਮ ਦੀ ਤਰ੍ਹਾਂ ਹੀ ਹੋਵੇਗਾ ਤੇ ਪੰਜਾਬ ਦੇ ਕਈ ਇਲਾਕਿਆਂ ਵਿੱਚ ਕਾਫੀ ਚੰਗਾ ਪਰਮਾ ਵੀ ਵੀ ਦੇਖਣ ਨੂੰ ਮਿਲੇਗਾ ਤੇ ਬਾਕੀ ਇਸ ਦੇ ਵਿੱਚ ਜਿਵੇਂ ਜਿਵੇਂ ਕੋਈ ਅਪਡੇਟ ਆਉਂਦੀ ਰਹੇਗੀ ਉਹ ਨਾਲ ਨਾਲ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ ਸੋ ਹੁਣ ਤੱਕ ਦੀ ਇੰਨੀ ਅਪਡੇਟ ਆ ਰਹੀ ਸੀ ਕਿ ਪੰਜਾਬ ਵਿੱਚ ਆਪਾਂ ਨੂੰ 18 ਤੋਂ ਲੈ ਕੇ 20 ਜੁਲਾਈ ਦਰਮਿਆਨ ਕਈ ਇਲਾਕਿਆਂ ਵਿੱਚ ਚੰਗਾ ਮੀਂਹ ਦੇਖਣ ਦੇ ਸਾਰ ਜਿਹੜੇ ਮਿਲ ਰਹੇ ਨੇ